ਅਸਲਾਮ ਵਾਲੇਕੁਮ, ਤੁਸੀਂ ਸਾਰੇ ਦੇ ਯੂਟਿਊਬ ਚੈਨਲ ਲਈ ਅਦਾ ਗਰੀਬ ਅਤੇ ਮੈਂ ਤੁਹਾਡਾ ਦੋਸਤ ਹਾਜੀ ਮੁਹੰਮਦ। ਅੱਜ 11 ਤਰੀਕ ਹੈ, 5ਵਾਂ ਮਹੀਨਾ 2024। ਇਹ ਮੇਰੇ ਕੋਲ DDP ਬੱਕਰੀ ਹੈ, ਠੀਕ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਬੈਲ ਦਾ ਬਟਨ ਹੀ ਦਬਾ ਦਿਓ, ਠੀਕ ਹੈ। ਅੱਛਾ, ਇਹ ਮੈਂ ਨਾ ਗੁਟਕਾ ਪਾ ਦਿੱਤੀ ਹੈ, ਠੀਕ ਹੈ, ਅਤੇ ਇਹ ਲਾਜ਼ਮੀ ਗੁਟਕਾ ਅਸਾਂ ਪਹਿਨੇ ਹੈ। ਸਾਰੇ ਕੋਲ ਗਾਹ ਦੀ ਕਮੀ ਹੁੰਦੀ ਹੈ ਤਾਂ ਨਾਲ ਨਾਲ ਸਾਵ ਹੀ ਪਹਿਨੇ ਹੈ, ਅਤੇ ਨਾਲ ਨਾਲ ਅਸਾਂ ਗੰਦਮ ਹੀ ਪਹਿਨੇ ਹੈ। ਗੰਦਮ ਅਸਾਂ ਅਗਰ ਤੁਸਾਂ ਤੁਹਾਡੇ ਕੋਲ ਅਗਰ ਗੁਟਕੀ ਨਹੀਂ ਤਾਂ ਤੁਸਾਂ ਇਹ ਗੰਦਮ ਪਾ ਸਕਦੇ ਵੇ, ਠੀਕ ਹੈ। ਕਿਉਂ ਗੰਦਮ ਨਾਲ ਹੀਕ ਤਾਂ ਇਹ ਰਾਤ ਨੂੰ ਬਿਹਤਰੀਨ ਬਹਿ ਕੇ ਗੁੱਲੀ ਮਰੇਸੀ ਬੈਠੀ ਅਤੇ ਇਹ ਕਰੇਸੀ ਬੈਠੀ ਰਾਸੀ ਖੀਰ ਹੀ ਵਧੇ ਸੀ। ਅੱਛਾ ਵਾਲਾ ਇਹਦੇ ਨਾਲ ਤਾਕਤ ਹੀ ਮਿਲਦੀ ਹੈ। ਇੱਕ ਮੱਗਾ ਉਹਨਾਂ ਨੂੰ ਪਾ ਦਿੱਤੇ ਕਿ ਨਾ ਕੋਈ, ਇਹ ਤਕਰੀਬਨ ਕਿਲੋ, ਅੱਧੇ ਕਿਲੋ ਦਾ ਹੈ ਮੱਗਾ, ਤਕਰੀਬਨ ਕਿਲੋ ਇਹ ਲਾਜ਼ਮੀ ਪਾਤਾ ਕਰੋ। ਇਤਨੀਆਂ ਬੱਕਰੀਆਂ ਹੋਵਣ ਤਾਂ, ਅਗਰ ਤੁਹਾਡੇ ਕੋਲੋਂ 4 ਤੋਂ 5 ਬੱਕਰੀਆਂ ਤਾਂ ਤੁਸੀਂ ਅੱਧਾ ਕਿਲੋ ਸ਼ਾਮ ਕੋ ਲਾਜ਼ਮੀ ਇਹਨਾਂ ਕੋ ਗੰਦਮ ਪਾ ਦਿੱਤੀ ਕਰੋ, ਠੀਕ ਹੈ। ਇਹਨਾਂ ਬੱਕਰੀਆਂ 'ਚੋਂ ਮੈਂ ਕੋਈ ਬੱਕਰੀ ਸੇਲ ਕੋਈ ਨਹੀਂ ਕਰਨੀ, ਲਿਖਾ ਵੀ ਯਕੀਆਂ। ਇਹਨਾਂ ਬੱਕਰੀਆਂ 'ਚੋਂ ਮੈਂ ਕੋਈ ਬੱਕਰੀ ਵੀ ਸੇਲ ਨਹੀਂ ਕਰਨੀ, ਇਹ ਸਾਰੀਆਂ ਸੇਲ ਥਈਆਂ ਖਾਣੀਆਂ, ਠੀਕ ਹੈ। ਇਹ ਬੱਕਰੀ ਜਿਹੜੀ ਹੈ, ਇਹ ਬੱਕਰੀ ਇਹ ਕੋਇਟੇ ਦਾ ਬੰਦਾ ਹੈ, ਉਸ ਗਿੱਧੀ ਹੋਈ ਹੈ, ਠੀਕ ਹੈ। ਇੱਕ ਢੱਕ ਲਾ ਯਾਰ, ਇਹ ਬੱਕਰੀ ਜਿਹੜੀ ਸ਼ੇਰਾ ਪਰੈਂਡ ਖੜੀ ਹੈ ਨਾ, ਇਹ ਕੋਇਟੇ ਦਾ ਭਾਈ ਹੈ, ਉਸ ਬੱਕਰੀ ਗਿੱਧੀ ਹੋਈ ਹੈ, ਉਹਦਾ ਬਿਆਨਾ ਹੀ ਆਇਆ ਹੋਇਆ, ਕੁਝ ਪੇਮੈਂਟ ਆਈ ਹੋਈ ਹੈ, ਬਕਾਇਆ ਪੇਮੈਂਟ ਆ ਸੀ, ਅਤੇ ਇਨਸ਼ਾਅੱਲਾ ਅਸਾਂ ਇਹ ਕਾਰਗੋ ਕਰਵਾਇਆ। ਅੱਛਾ ਬਈ, ਇਹ ਬੱਕਰੀ ਖੜੀ ਹੈ, ਇਹ ਬੱਕਰੀ ਖੜੀ ਹੈ, ਇਹ ਬੱਕਰੀ ਖੜੀ ਹੈ, ਇਹ 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 ਸਾਰੀਆਂ ਇਸਲਾਮਾਬਾਦ ਦਾ ਬੰਦਾ ਭਾਈ, ਨਾ ਮੈਂ ਉਸਦਾ ਨਹੀਂ ਗਿਣ ਸਕਦਾ, ਨਾ ਉਸ ਆਖੇ ਮੇਰਾ ਨਹੀਂ ਗਿਣਨਾ। ਕਿਸੇ ਕੋਈ ਲੋਕ ਪਸੰਦ ਕਰੇ ਨੇ, ਕਈ ਲੋਕ ਨਹੀਂ ਪਸੰਦ ਕਰੇ ਦੇ, ਇਹ ਆਜ਼ਾਦ ਕਸ਼ਮੀਰ ਦਾ ਬੰਦਾ ਹੈ, ਇਹ ਉੱਥਾਂ ਵੰਜਣੀ ਹੈ। ਜਿਹੜੀਆਂ 3 ਬੱਕਰੀਆਂ ਨੇ, ਇਹ ਬੱਕਰੀਆਂ ਹੀ 4 ਜਿਹੜੀਆਂ ਖਾਣੀਆਂ ਨੇ, ਇਹ ਵੀ ਆਜ਼ਾਦ ਕਸ਼ਮੀਰ ਵੰਜਣੀਆਂ, ਠੀਕ ਹੈ। ਇਹ ਵੀ ਆਜ਼ਾਦ ਕਸ਼ਮੀਰ ਵੰਜਣੀਆਂ, ਠੀਕ ਹੈ। ਇੱਥਾ ਵੇ ਅਸਾਂ ਇਹ ਗੰਦਮ ਹੀ ਪਾਤੀ ਹੋਈ ਹੈ, ਗੁਟਕਾ ਹੀ ਪਾਤੀ ਹੋਈਆਂ ਖਜੂਰਾਂ ਦੀਆਂ, ਠੀਕ ਹੈ। ਜਿਹੜੀਆਂ 3 ਬੱਕਰੀਆਂ ਇਹਨਾਂ ਜਿਹੜੀਆਂ ਇਸਲਾਮਾਬਾਦ ਰੁਕਣੀਆਂ ਨੇ, ਉਹ ਹਿੱਕ ਇਹ ਬੱਕਰੀ ਹੈ, ਇੱਕ ਇਹ ਬੱਕਰੀ ਹੈ। ਓਏ ਚੱਲ ਤੂੰ ਲੈ, ਤੂੰ ਕਿੱਥੇ ਚੜ ਗਈ ਬਈ? ਇਹ ਬੱਕਰੀ ਹੈ, ਤੱਲੇ ਖੜ ਕੇ ਨਾ ਖਾ ਸਕਦੀ ਤੂੰ ਕਮਲੀ, ਤੱਲੇ ਖੜ ਕੇ ਖਾ। ਇੱਕ ਇਹ ਬੱਕਰੀ ਹੈ, ਇੱਕ ਉਹ ਬੱਕਰੀ ਹੈ ਤੁਹਾਡੇ ਅੱਗੂ ਖੜੀ ਹੈ, ਇੱਕ ਉਹ ਪਰੋਂ ਆਉਂਦੀ ਪਈ। ਇਹ 3 ਬੱਕਰੀਆਂ ਇਸਲਾਮਾਬਾਦ ਸੇਲ ਥਈਆਂ ਖੜੀਆਂ, ਇਸਲਾਮਾਬਾਦ ਦਾ ਦੋਸਤ ਹੈ, ਉਸ ਖਰੀਦੀਆਂ ਹੋਈਆਂ। ਚੱਲ ਤੱਲੇ ਖੜ ਕੇ ਖਾ ਕਮਲੀ, ਚੱਲ ਤੱਲੇ ਖੜ ਕੇ ਖਾ, ਇੱਥੇ ਖੜ ਕੇ ਖਾ ਜਿਵੇਂ ਦਿਲ ਆਖੀ। ਅੱਛਾ ਤੂੰ ਛੋਟਾ, ਤੂੰ ਖੜਾ ਰਹਿ, ਅਤੇ ਇਹ ਅੱਲਾ ਖੈਰ ਕਰੇ। ਅੱਜ ਦੇਖੋ ਬਾਰਿਸ਼ ਹੀ ਪਈ ਹੈ, ਤਾਜ਼ੀ ਹੈ, ਹੁਣੇ ਬਾਰਿਸ਼ ਰੁਕੀ ਹੈ। ਇਹ ਦੇਖੋ ਉੱਤੋਂ ਬੱਦਲ ਦੇਖੋ, ਅੱਜ ਹੀ ਖੜਨ, ਅਤੇ ਤੁਹਾਨੂੰ ਮੈਂ ਜਿਹੜੇ ਖਾਸ ਤੌਰ ਦੇਖਣੀ ਹੈ, ਅੱਜ ਕੱਲ੍ਹ ਗਰਮੀ ਹੈ ਜਿਹੜੀ, ਤੁਹਾਨੂੰ ਗਰਮੀਆਂ ਦਾ ਇੱਕ ਚੀਜ਼ ਦਿਸੇ ਨਾ, ਇਹ ਤੁਸੀਂ ਲਾਜ਼ਮੀ ਇਸਤੇਮਾਲ ਕਰਨਾ ਹੈ ਟੋਣਾ। ਇਹ ਤੇਲ ਹੈ, ਸਰਸੋਂ ਦਾ ਤੇਲ, ਅਸਾਂ ਤਾਂ ਕੱਚਾ ਤੇਲ ਸਰੇ ਨੇ, ਤੁਸਾਂ ਪਤਾ ਨਹੀਂ ਉਰਦੂ ਜੀ ਕਿਆ ਦੇਵੇ ਕਿਆ ਦੇਣੀ ਹੈ।
ਇਹ ਤੇਲ ਦਾ ਇਸਤੇਮਾਲ ਕਿਵੇਂ ਕਰਨਾ ਹੈ, ਬੱਕਰੀ ਨੂੰ ਪਕੜਨਾ, ਠੀਕ ਹੈ, ਬਿਸਮਿਲ੍ਲਾ, ਇਹਦੇ ਸਰ ਦੇ ਵਿੱਚ ਪਾਉਣਾ ਹੈ, ਇਹ ਜਾਤ ਹੈ, ਢੱਕਣ ਪਾ ਦਿੰਦੇ ਇਹ ਤੁਸੀਂ ਇਹਦੇ ਸਿਰੇ ਪਾ ਦੇਣਾ, ਇਵੇਂ ਇੱਕ ਢੱਕਣ ਲਾਜ਼ਮੀ ਹੋਵੇ, ਥੋੜ੍ਹਾ ਥੋੜ੍ਹਾ ਇੱਥਾਂ ਲਾ ਦੇ ਸੋ ਸਿੰਘਾਂ ਦੇ ਉੱਤੇ ਤਾਂ ਕਿ ਨਰਮ ਥੀ ਵਜੇ। ਇਹ ਸਿੰਘ ਦੇ ਵਿੱਚ ਪਾਉਣ ਦਾ ਮਕਸਦ ਇਹ, ਅਗਰ ਇੱਥਾਂ ਕੋਈ ਖਾਰਿਸ਼ ਵਗੈਰਾ ਹੋ ਸੀ ਜਾਂ ਕੋਈ ਰਿੰਡ ਛਿੰਡ ਜਾਂ ਕੋਈ ਜੂਆਂ ਛੂਆਂ ਹੋ ਸਨ ਤਾਂ ਇਹ ਖਤਮ ਥੀ ਵੈਸੇ, ਇਹਦਾ ਦਿਮਾਗ ਯਾਨੀ ਕਿ ਲਾਜ਼ਮੀ ਚਲਸੀ। ਇਹ ਲਾਜ਼ਮੀ ਤੁਸਾਂ ਤੇਲ ਪਾਉਣਾ ਇੱਕ, ਠੀਕ ਹੈ। ਇਹ ਮੈਂ ਸਾਰੀਆਂ ਬੱਕਰੀਆਂ ਕੋਲ ਪੈਂਦਾ ਪਿਆ, ਇਹ ਤੁਸਾਂ ਬਲਾ ਇਵੇਂ ਸਿੰਘ ਹੀ ਮਲੇ ਸੋਚਾ, ਇਵੇਂ ਸਿੰਘ ਸਿੰਘ ਹੱਥਾਂ ਦੇ ਉੱਤੇ ਲਾ ਕੇ ਨਾ ਹੱਥ ਦੇ ਉੱਤੇ, ਇਵੇਂ ਸਿੰਘ ਦੇ ਉੱਤੇ ਮਰੇ ਸੋਚਾ। ਇਹ ਡਿਠਾ ਵੇ, ਇਹ ਵਿੱਚ ਡਿਠਾ ਵੇ, ਇਹ ਇਹ ਥੋੜ੍ਹਾ ਥੋੜ੍ਹਾ ਵਿੱਚ ਕਚਰਾ ਖੜੇ, ਹਿੱਕ ਤਾਂ ਇਹ ਕੂਲਾ ਥੀ ਵੈ ਸੀ ਨਾ, ਇਹ ਕਚਰਾ ਗਾਇਬ ਥੀ ਵੈ ਸੀ ਖੜ। ਬਸ 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 ਬਸ, ਠੀਕ ਹੈ। ਇਹ ਲਾਜ਼ਮੀ ਤੁਸਾਂ ਕੰਮ ਕਰਨਾ ਹੈ, ਗਰਮੀਆਂ ਕੋ ਖਾਸ ਤੌਰ, ਸਰਦੀਆਂ ਕੋ ਨਹੀਂ, ਠੀਕ ਹੈ। ਠੀਕ ਹੈ ਜੀ, ਸਾਰਾ ਟੋਣਾ ਤੁਹਾਨੂੰ ਦੱਸਦਾ ਪਿਆ, ਤੁਸੀਂ ਪਕੜ ਕੇ ਵੀ ਲਾ ਸਕਦੇ ਵੇ। ਚਲੋ ਬਈ, ਇੱਕ ਜਾਨਵਰ ਨਹੀਂ ਹੋਸ਼ ਪਿਆ ਰਹਿੰਦਾ, ਤੁਸੀਂ ਪਕੜ ਕੇ ਲਾ ਸਕਦੇ ਵੇ, ਠੀਕ ਹੈ। ਇਹ ਸਾਰੀਆਂ ਬੱਕਰੀਆਂ ਮੈਂ ਲੈਂਦਾ ਪਈਆਂ, ਅੱਲਾ ਖੈਰ ਕਰੇ, ਠੀਕ ਹੈ। ਇਹ ਲਾਜ਼ਮੀ ਤੇਲ ਤੁਸੀਂ ਲਾਉਣਾ, ਇਹਨਾਂ 'ਚੋਂ ਕੋਈ ਬੱਕਰੀ ਮੈਂ ਸੇਲ ਕੋਈ ਨਹੀਂ ਕਰੀ, ਸਾਰੀਆਂ ਸੇਲ ਹੋਈਆਂ ਖੜੀਆਂ, ਠੀਕ ਹੈ। ਮੇਰੀ ਵੀਡੀਓ ਅੱਛੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਬੈਲ ਦਾ ਬਟਨ ਦਬਾਓ। ਚਾਹ DDP ਬੱਕਰੀ ਕਹੇ ਬੰਦੇ ਖਰੀਦਣੀ, ਮੇਰੇ ਨਾਲ ਰਾਬਤਾ ਕਰੋ, ਇਨਸ਼ਾਅੱਲਾ ਮੇਰੇ ਕੋਲ ਬੱਕਰੀਆਂ ਹਨ, ਠੀਕ ਹੈ। ਜਿਤਨੀਆਂ ਕੋਈ ਖਰੀਦਣਾ ਚਾਹੇ ਮੇਰੇ ਕੋਲ ਬੱਕਰੀ, ਕਾਲ ਨੰਬਰ ਮੇਰਾ ਲਿਖੀ ਨੂੰ 0311-784-3734, ਵਟਸਐਪ ਨੰਬਰ ਲਿਖੀ ਨੂੰ 0346-6587-1697, ਠੀਕ ਹੈ। ਮੇਰੀ ਵੀਡੀਓ ਅੱਛੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਸੋਚਿਆ, ਬੜੀ ਮਿਹਰਬਾਨੀ ਸੀ। ਮਿਲਦੇ ਹਾਂ ਅਗਲੀ ਵੀਡੀਓ, ਪਾਕਿਸਤਾਨ ਜ਼ਿੰਦਾਬਾਦ।